18 ਕਿੱਲੇ ਭਾਈ ਆਪਦੀ ਸੀਗੀ ਹਾਂਜੀ ਸਾਰੀ ਤਬਾਹ ਹੋ ਗਈ ਚਲੋ ਕਣਕ ਦਾ ਤਾਂ ਔਖਾ ਹੈਗਾ ਹੀ ਆ ਉਹ ਤਾਂ ਹਜੇ ਮਹੀਨੇ ਨੂੰ ਹੈ ਜਿਹੜਾ ਅੱਜ ਹੀ ਔਖਾ ਹੋਇਆ ਪਿਆ ਪੱਠਿਆਂ ਦਾ ਹੀ ਬਹੁਤ ਮੁਸ਼ਕਲ ਹੋਇਆ ਪਿਆ ਕੁਛ ਨੀ ਯਾਰ ਜਿੱਥੇ ਸਰਕਾਰਾਂ ਬੈਰੀ ਉੱਥੇ ਰੱਬ ਵੀ ਬੈਰੀ ਆਹ ਦਿਨਾਂ ਚ ਬੰਦਾ ਉਡੀਕਦਾ ਬਾਈ ਵੀ ਕੋਈ ਕਣਕ ਆ ਗਈ ਪੰਜਾਬ ਦੇ ਹਾਲਾਤ ਹੋਰ ਬਹੁਤ ਮਾੜੇ ਨਾ ਆਪਾਂ ਮੰਨ ਲਓ ਵੀ 20 ਦਿਨਾਂ ਦੀ ਤੂੜੀ ਰੱਖਣੀ ਹੈ ਤੇ 20 ਦਿਨਾਂ ਦੀ ਕਣਕ ਰੱਖਣੀ ਹੈ ਕਿਉਂਕਿ ਆਪਾਂ ਪਹਿਲੇ ਟਾਇਟ ਆ ਸਾਰੇ ਤੇ ਰਾਜਸਥਾਨ ਜਾਂ ਹੋਰ ਸਟੇਟਾਂ ਹੈਗੀਆਂ ਜਿਹੜੀਆਂ 2 ਸਾਲ ਦੀ ਫਸਲ ਘਰੇ ਰੱਖਦੇ ਆ ਆਪਣੇ ਤਾਂ ਅੱਜ ਤੋਂ 20 ਦਿਨਾਂ ਨੂੰ ਜਲੂਸ ਨਿਕਲ ਜਾਣਾ ਕਿਸੇ ਦੇ ਢੋਲ ਦਾ 1 ਖਾਣਾ ਕਿਸੇ ਦੇ 1.5 ਖਾਣਾ ਤੇ ਨਾ ਕਣਕ ਹੋਣੀ ਹੈ ਮਜਬੂਰੀ ਆ ਬਾਈ ਬੰਦਾ ਟੁੱਟਿਆ ਹੀ ਇੰਨੇ ਆ ਲੋਕ ਹਨਾ ਹੁਣ ਉਹੀ ਗੱਲ ਆ ਜਾਈ ਹੁਣ ਆਹ ਫਸਲ ਤੇ ਬੰਦਾ ਇਹ ਨੀ ਉਡੀਕਦਾ ਮੈਂ ਘਰੇ ਅਗਲਾ ਕਹਿੰਦਾ ਮਾੜੀ ਮੋਟੀ ਖਾਣ ਜੋਗਰੀ ਰੱਖ ਕੇ ਬਾਕੀ ਕਿਸੇ ਨੇ ਬਾਈ ਬੈਂਕ ਦਾ ਕਰਜ਼ਾ ਲੈਣਾ ਕਿਸੇ ਨੇ ਕਿਸ਼ਤ ਲਾਉਣੀ ਹੈ ਕਿਸੇ ਨੇ ਕੋਈ ਕੁੜੀ ਦਾ ਵਿਆਹ ਕੀਤਾ ਉਹ ਪੈਸੇ ਕਿਸੇ ਦੇ ਦੇਣੇ ਹੋਣੇ ਰਾਸ਼ਨ ਲਿਆਂਦਾ ਜਿਹਦੇ ਹਨਾ ਉਹ ਸਾਰਾ ਬੰਦਾ ਪਹਿਲਾਂ ਵਿਉਂਤਬੰਦੀ ਸੋਚੀ ਬੈਠਾ ਹੁੰਦਾ ਕਿ ਯਾਰ ਮੈਂ ਆਹ ਕਰੂੰਗਾ ਬੜੀਆਂ ਉਮੀਦਾਂ ਹੁੰਦੀਆਂ ਨੇ ਹਨਾ ਪਰ ਬਾਈ ਮੈਂ ਅਪੀਲ ਦੇਖੋ ਮੈਂ ਤਾਂ ਨਾ ਮੈਨੂੰ ਉਮੀਦ ਹੈ ਇਹਨਾਂ ਸਰਕਾਰਾਂ ਤੋਂ ਇਹਨਾਂ ਨੇ ਪਹਿਲਾਂ ਕਿਹੜਾ ਕੁਛ ਦੇਣਾ ਜਾਂ ਦਿੱਤਾ ਜਾਂ ਹੁਣ ਦੇਣਾ ਡਰਾਮੇ ਕਰਨਗੇ ਤੁਹਾਡੇ ਸਾਹਮਣੇ ਬਹੁਤ ਕੁਛ ਕਰਿਆ ਜਾਊਗਾ ਬੜਾ ਧਾਮ ਝਾਮ ਇੱਥੇ ਅਫਸਰਾਂ ਦੀਆਂ ਹੇੜਾਂ ਫਿਰਨਗੀਆਂ ਲਿਓ ਜੀ ਮੁਆਵਜ਼ੇ ਕਰਤੇ ਪਹਿਲਾਂ ਬਾਈ ਕਿੰਨੇ ਕਿਵੇਂ ਲੱਗੇ ਇੰਨੀਆਂ ਨੁਕਸਾਨ ਹੋ ਜਾ ਲੋਕਾਂ ਦੇ ਨਰਮੇ ਮਰੇ ਮਾਲਵਾ ਜਿੰਨਾ ਆਪਣਾ ਮੁੰਡਾ ਵੈਲਤਾ ਜਾਂ ਹੋਰ ਮਾਨਸਾ ਵਾਲੇ ਭਾਈ ਕਿੰਨੇ ਕੁ ਮੁਆਵਜ਼ੇ ਦੇ ਦੇ ਲੋਕਾਂ ਨੂੰ ਹਨਾ ਤੇ ਮੈਂ ਇੱਕ ਅਪੀਲ ਇੱਥੇ ਕਰਨੀ ਚਾਹੁੰਦਾ ਬਾਈ NRI ਭਰਾਵਾਂ ਨੂੰ ਕਿ ਤੁਸੀਂ ਬਾਈ ਸੌਖੀ ਰੋਟੀ ਖਾਂਦੇ ਹੋ ਇੱਕ ਤਾਂ ਜਿੰਨਾ ਕੋਲੇ ਵੀ ਤੁਹਾਡੀਆਂ ਪੈਲੀਆਂ ਠੇਕਿਆਂ ਤੇ ਸੀਗੀਆਂ ਉਹ ਬੰਦਿਆਂ ਨੂੰ ਜਿਹੜਾ ਠੇਕਾ ਬਾਈ ਛੱਡ ਦੂਜੀ ਗੱਲ ਮੈਂ ਕਹਿੰਦਾ ਆਪੋ ਆਪਣੇ ਪਿੰਡਾਂ ਦੇ ਵਿੱਚ ਫੋਨ ਕਰਕੇ ਪਤਾ ਕਰੋ ਸਹੀ ਤਰੀਕੇ ਨਾਲ ਸਹੀ ਤਸਦੀਕ ਕਰੋ ਕਿ ਕਿੰਨੇ ਕਿਹੜੇ ਕਿਹੜੇ ਪਰਿਵਾਰਾਂ ਦੇ ਘਰ ਡਿੱਗੇ ਆ ਕਿੰਨਾ ਦੇ ਗਰੀਬਾਂ ਦੇ ਘਰ ਡਿੱਗੇ ਆ ਕਿੰਨਾ ਦੇ ਕਿਸਾਨਾਂ ਦੀਆਂ ਫਸਲਾਂ ਮਰੀਆਂ ਨੇ ਉਹਨਾਂ ਦਾ ਤੁਸੀਂ ਆਪਦੇ ਤਰੀਕੇ ਨਾਲ ਉਹਨਾਂ ਦੀ ਮਦਦ ਕਰ ਸਕਦੇ ਹੋ ਬਾਈ ਵੱਧ ਤੋਂ ਵੱਧ ਮਦਦ ਕਰੋ ਇਕੱਠੇ ਹੋ ਕੇ ਉੱਥੇ ਜੇ ਆਪਾਂ ਐਡੇ ਵੱਡੇ ਪੱਧਰ ਦੇ ਉੱਤੇ ਦੁਨੀਆਂ ਭਰ ਦੇ ਵਿੱਚ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਆਪਾਂ ਜੇ ਲੰਗਰ ਲਾ ਦਿੰਦੇ ਹਾਂ ਜੇ ਆਪਾਂ ਪੂਰੀ ਦੁਨੀਆਂ ਲਈ ਖੜ ਸਕਦੇ ਹਾਂ ਤਾਂ ਆਪਣੇ ਪੰਜਾਬ ਲਈ ਆਪਣੇ ਪੰਜਾਬੀਆਂ ਲਈ ਵੀ ਖੜੋ ਬਾਈ ਵੱਧ ਤੋਂ ਵੱਧ ਸਾਥ ਦਿਓ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਇਹ ਬੰਦਾ ਇੰਨਾ ਨੁਕਸਾਨ ਹੋਇਆ ਚਲੋ ਪੂਰਾ ਨਹੀਂ ਦੇ ਸਕਦੇ ਵੀ 50% 60% ਨੁਕਸਾਨ ਦਾ ਪੂਰਤੀ ਕਰੋ ਬੰਦਾ ਜਿਉਂਦਿਆਂ ਚ ਰਹਿ ਜੇ ਤੇ ਨਹੀਂ ਫਿਰ ਹਾਲਾਤ ਬਾਈ ਆਪਾਂ ਦੇਖਦੇ ਹਾਂ ਇਹੋ ਜਿਹੇ ਬੰਦੇ ਜਦੋਂ ਵਿਚਾਰੇ ਚਾਰ ਸਪੇਰੋਂ ਘਿਰ ਜਾਂਦੇ ਆ ਹਰ ਜਾਂਦੇ ਆ ਫਸਲਾਂ ਵੀ ਤਬਾਹ ਹੋ ਗਈਆਂ ਕਰਜ਼ਾ ਵੀ ਸਿਰ ਤੇ ਆ ਕਰਜ਼ੇ ਲੈਣ ਵਾਲੇ ਵੀ ਫਿਰ ਤਾਨੇ ਮਿਹਣੇ ਮਾਰਦੇ ਆ ਬਾਰਾਂ ਚਾਹੇ ਖੜਦੇ ਆ ਫਿਰ ਬੰਦੇ ਕੋਲੇ ਬਾਈ ਰਾਹ ਇੱਕੋ ਹੀ ਬਚਦਾ ਉਹ ਮੌਤ ਆ ਉਹ ਚੱਕ ਕੇ ਸਪਰੇਅ ਪੀਂਦਾ ਜਾਂ ਗਲ ਚ ਰੱਸਾ ਪਾਉਂਦਾ ਇਹ ਆਪਾਂ ਬਚਾਉਣਾ ਬਾਈ ਉਹਨਾਂ ਨੂੰ ਤੁਹਾਨੂੰ ਖਾਸ ਅਪੀਲ ਆ ਬਾਈ ਮੈਂ ਫੇਰ ਕਹਿੰਦਾ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਨਾ ਇੱਥੇ ਕੌਲੀ ਝੱਟ ਗੋਦੀ ਮੀਡੀਆ ਤੋਂ ਕੋਈ ਉਮੀਦ ਆ ਸਾਨੂੰ ਸਾਨੂੰ ਉਮੀਦ ਉਹਨਾਂ ਲੋਕਾਂ ਤੋਂ ਆ ਤੁਸੀਂ ਹਮੇਸ਼ਾ ਪੰਜਾਬ ਦੇ ਨਾਲ ਖੜੇ ਹਾਂ ਤੁਸੀਂ ਇਹ ਤਰਜੀਹ ਦੇ ਕੇ ਜੋ ਵੀ ਤੁਸੀਂ ਤਿਲ ਫੁੱਲ ਕਰ ਸਕਦੇ ਹੋ ਆਪਣੇ ਲੋਕਾਂ ਲਈ ਵੱਧ ਤੋਂ ਵੱਧ ਸਹਿਯੋਗ ਕਰੋ ਅਸੀਂ ਲੰਘੇ ਜਾਂਦੇ ਸੜਕ ਤੇ ਰੁਕੇ ਨੁਕਸਾਨ ਦੇਖ ਕੇ ਲੰਘਿਆ ਨਹੀਂ ਗਿਆ ਬਾਈ ਆਪ ਤੁਹਾਨੂੰ ਨੁਕਸਾਨ ਦਿਖਾਉਣੇ ਯਾਰ ਬੱਲੀ ਦੇ ਦਾਣਾ ਵੀ ਨਹੀਂ ਛੱਡਿਆ ਬਾਈ ਇੱਕ ਵੀ ਦਾਣਾ ਨਹੀਂ ਛੱਡਿਆ ਮੈਨੂੰ ਲੱਗਦਾ ਕਿ ਇਹ ਪਹਿਲਾਂ ਨੁਕਸਾਨ ਦਿਖਾ ਵੀ ਕਿਵੇਂ ਤਬਾਹ ਕਰਤੀਆਂ ਯਾਰ ਫਸਲਾਂ ਕਿਵੇਂ ਇੱਧਰ ਨੂੰ ਦਿਖਾ ਸਾਰਾ ਇੱਧਰ ਏਰੀਆ ਦਿਖਾ ਦੇ
ਆ ਜਿਸ ਤਰੀਕੇ ਨਾਲ ਬਈ ਇਹ ਤਬਾਹ ਹੋਈਆਂ ਨੇ ਫਸਲਾਂ, ਮੈਨੂੰ ਲੱਗਦਾ ਵੀ ਕਣਕ ਤਾਂ ਦੂਰ ਦੀ ਗੱਲ ਹੈ ਯਾਰ, ਅਸਲ ਇਹ ਜਿਹੜਾ ਇਹਦਾ ਇਹਦੀ ਤੂੜੀ ਵੀ ਨਹੀਂ ਬਣਨੀ, ਉਹ ਵੀ ਕਿਸੇ ਕੰਮ ਦਾ ਨਹੀਂ ਰਿਹਾ, ਜਿਹੜਾ ਇਹਦਾ ਥੱਲਾ ਨਾਲ ਰਹਿ ਗਿਆ ਉਹ ਵੀ ਖਤਮ ਹੋ ਗਿਆ, ਇੰਨੇ ਹਾਲਾਤ ਜਿਹੜੇ ਉਹ ਮਾੜੇ ਹੋ ਗਏ। ਇਹ ਹਜ਼ਾਰਾਂ ਨਹੀਂ ਲੱਖਾਂ ਏਕੜ ਮੈਨੂੰ ਲੱਗਦਾ ਕਿ ਪੰਜਾਬ ਦੇ ਅੰਦਰ ਜਿਹੜੀ ਤਬਾਹੀ ਹੋਈ ਹੈ, ਬਰਬਾਦੀ ਹੋਈ ਹੈ, ਕਿੱਥੇ 50% ਦੀ ਅਗਲੇ 70 ਇਹਦਾ 100 ਦੀ 100 ਹੈ ਯਾਰ। ਇਹ ਤਾਂ ਵਿਚਾਰੇ ਜਿਹੜੇ ਕੋਈ 70-80 ਹਜ਼ਾਰ ਲੈ ਕੇ ਆ ਜਾਓ ਬਾਈ, ਆ ਜਾਓ 80-80 ਹਜ਼ਾਰ ਲੈ ਕੇ ਜਿਹੜੇ ਵਿਚਾਰੇ ਠੇਕਿਆਂ ਦੇ ਪੈਲੀਆਂ ਜਿਨ੍ਹਾਂ ਨੇ ਬੀਜੀਆਂ ਸੀ ਉਹਨਾਂ ਦੇ ਪੱਲੇ ਕੀ ਦਿਓ, ਫਿਰ ਬੰਦਾ ਮਰੂ ਨਹੀਂ ਤਾਂ ਕੀ ਕਰੂ ਯਾਰ। ਮੈਂ ਸਰਕਾਰੇ ਤੈਨੂੰ ਕਹਿਣਾ ਚਾਹੁੰਦਾ, ਜੇ ਤੈਨੂੰ ਵਿਹਲ ਮਿਲ ਗਈ ਹੋਵੇ ਸਿੱਖ ਨੌਜਵਾਨਾਂ ਨੂੰ ਫੜ ਫੜ ਕੇ ਅੰਦਰ ਤੁੰਨਣ ਦੀ, ਸਿੱਖਾਂ ਦੀ ਕਰਦਾਰ ਕੁਸ਼ੀ ਕਰਨ ਦੀ, ਪ੍ਰਾਪੇ ਗੰਡਾ ਸਿੱਖਾਂ ਦੇ ਖਿਲਾਫ ਜੋ ਚਲਾਇਆ, ਜੋ ਮਾਹੌਲ ਬਰਤਾਨ ਸਿਰਜਿਆ ਤੁਸੀਂ, ਤਾਂ ਇੱਧਰ ਵੀ ਝਾਤ ਮਾਰਨੀ, ਝਾਤ ਤਾਂ ਤੇਰੀ ਸਾਨੂੰ ਪਤਾ ਹੀ ਹੈ ਤੂੰ ਕੀ ਮਾਰਨੀ ਹੈ। ਇੰਨਾ ਕੁ ਤੁਸੀਂ ਬਿਆਨ ਦਿਓਗੇ, ਮਗਰ ਮਸਤੇ ਹੰਝੂ ਬਹਾਓਗੇ, ਦੌਰੇ ਕਰ ਲਓਗੇ, ਮੁੱਖ ਮੰਤਰੀ ਆਜੂ, ਮੰਤਰੀ ਆਜੂ, ਅਸੀਂ ਪਟਵਾਰੀਆਂ ਦੀਆਂ ਡਿਊਟੀਆਂ ਲਾਤੀਆਂ ਜੀ, ਅਸੀਂ ਤਹਿਸੀਲਦਾਰਾਂ ਦੀਆਂ ਡਿਊਟੀਆਂ ਲਾਤੀਆਂ ਜੀ, ਅਸੀਂ ਮੁਆਵਜ਼ੇ ਦੇਵਾਂਗੇ ਜੀ। ਪਹਿਲਾਂ ਕਿੰਨੇ ਕੁ ਮੁਆਵਜ਼ੇ ਮਿਲ ਗਏ ਲੋਕਾਂ ਦੇ, ਨਰਮੇ ਕਣਕਾਂ ਝੋਨੇ ਤਬਾਹ ਹੋਏ, ਕਿੰਨੇ ਕੁ ਮੁਆਵਜ਼ੇ ਦੇ ਤੇ, ਹੁਣ ਕਿੰਨੇ ਕੁ ਦੇ ਦਿਓਗੇ? ਵੱਧ ਤੋਂ ਵੱਧ ਹੱਦ ਜਿਹਦੀ 100 ਦੀ, ਜਿਵੇਂ ਆਹ ਕਿਸਾਨ ਹੈ, ਇਹ ਵਿਚਾਰਾ ਇੱਥੇ ਗੁਰਪ੍ਰੀਤ ਸਿੰਘ ਹੈ, ਇਹਦੇ 14 ਕਿੱਲੇ ਪਈ, 18 ਕਿੱਲੇ ਤੇਰੇ ਤਬਾਹ ਹੋਈ, 18 ਤੇਰੇ ਤਬਾਹ ਹੋਈ, ਕਿੱਲੇ ਕਿਹੜਾ ਇਹ 14 ਕਿੱਲੇ ਇਹਦੇ ਬਾਈ ਦੇ, 18 ਇਹਦੇ ਜਮਾਂ ਐਂ ਤਬਾਹ ਹੋਏ ਆ। ਮੰਨ ਲਓ ਬਾਈ ਸਾਨੂੰ ਯਾਰ ਜੇ 5-7 ਹਜ਼ਾਰ ਮੁਆਵਜ਼ਾ ਮਿਲ ਵੀ ਗਿਆ, ਉਹਦੇ ਨਾਲ ਕੀ ਹੋਈ ਵਾਈ ਦਾ ਖਰਚਾ ਨਹੀਂ ਮੁੜਦਾ ਯਾਰ। ਤੇ ਗੋਦੀ ਮੀਡੀਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਪੰਜਾਬ ਦਾ ਬੋਟੀ ਮੀਡੀਆ ਤੇ ਗੋਦੀ ਮੀਡੀਆ ਰਲ ਕੇ ਜਿਨ੍ਹਾਂ ਨੇ ਪੂਰਾ ਇੱਕ ਮਾਹੌਲ ਸਿਰਜਿਆ ਕਰਤਾਰ ਕੁਸ਼ੀ ਦਾ, ਬਦਨਾਮ ਕਰਨ ਦਾ, ਚਿੱਕੜ ਸਿੱਟਣ ਦਾ, ਜੋ ਸਿੱਖਾਂ ਦੀ ਛਵੀ ਬਣੀ ਸੀ ਪੂਰੀ ਦੁਨੀਆਂ ਦੇ ਅੰਦਰ, ਜੇ ਤੁਹਾਨੂੰ ਵਿਹਲ ਮਿਲ ਗਈ ਕੀ ਇਹਨਾਂ ਪਰਿਵਾਰਾਂ ਕੋਲ ਆਓਗੇ? ਆ ਰੋਂਦਾ ਘਰੋਂ ਆਇਆ, ਗੱਲ ਨਹੀਂ ਹੋਇਆ, ਇਹ ਰੋਂਦੇ ਨੇ ਕੀ ਇਹਨਾਂ ਦੀਆਂ ਇੰਟਰਵਿਊਆਂ ਕਰੋਗੇ? ਇਹਨਾਂ ਦੇ ਘਰ ਦਿਖਾਓਗੇ? ਕਈ ਗਰੀਬਾਂ ਦੇ ਘਰ ਟਹਿਗੇ ਉਹ ਜਾ ਕੇ ਦਿਖਾਓਗੇ? ਆਹ ਫਸਲਾਂ ਜਾ ਕੇ ਦਿਖਾਓਗੇ? ਕਰੋਗੇ ਸਰਕਾਰ ਨੂੰ ਮੰਗ, ਕੋਸੋਗੇ ਸਰਕਾਰ ਨੂੰ ਇਹਨਾਂ ਗੱਲਾਂ ਤੇ ਕਿ ਇਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਜੀ? ਨਹੀਂ ਕਰਨਾ, ਤੁਸੀਂ ਤਾਂ ਜਿੱਥੇ ਰਲ ਕੇ ਸਰਕਾਰਾਂ ਨੇ ਜਿੱਥੇ ਤੁਹਾਨੂੰ ਵੋਟੀ ਪੈਂਦੀ ਹੈ ਉੱਧਰ ਨੂੰ ਹੋਣਾ, ਜਿੱਥੇ ਸਾਡੇ ਖਿਲਾਫ਼ ਮਾਹੌਲ ਸਿਰਜਣਾ ਉੱਧਰ ਨੂੰ ਹੋਣਾ, ਤੁਸੀਂ ਕਦੇ ਨਹੀਂ ਇਹ ਕਰਨੀਆਂ ਗੱਲਾਂ, ਮੈਨੂੰ ਪਤਾ ਹੱਦ ਕੋਈ ਕਰੋਗੇ ਵੀ ਬੇਸ਼ਰਮੀ ਦੇ ਤਾਣ ਕਰੋਗੇ, ਪਰ ਅੰਦਰੋਂ ਦਿਲੋਂ ਨਹੀਂ ਕਰਨਾ ਤੁਸੀਂ ਕਿ ਹਾਂ ਯਾਰ ਸਾਡਾ ਫਰਜ਼ ਬਣਦਾ।